ਤੇ ਤੂਫਾਨ ਆ ਗਿਆ ਜੀ ਉੱਤੇ ਸਭ ਮੈਂ ਥੱਲੇ ਆ ਗਿਆ ਬੱਤੀ ਗਈ ਜੀ ਪਿੰਡ ਦੀ ਅਸੀਂ ਪਰ ਬੈਟਰੀ ਰੱਖੀ ਤਾਂ ਬਲਬ ਚੱਲਦਾ ਪਿਆ ਤੇ ਹਾੜੇ ਵੀ ਬਹੁਤ ਤੇਜ਼ ਤੂਫਾਨ ਆਉਂਦਾ ਪਿਆ ਆਉਂਦੇ ਹੀ ਹੋਣੇ ਬਹੁਤ ਤੇਜ਼ ਆ ਰਹੀ ਬਾਹਰ ਦੇਖੋ ਇੱਥੇ ਲੰਮੇ ਪਿਆ ਆ ਰਿਹਾ ਮੈਂ ਥੱਲੇ ਦੌੜ ਮੈਂ ਕਿਹਾ ਕੋਈ ਸ਼ਿਕਾਇਤ ਨਹੀਂ ਤੂੰ ਆ ਰਿਹਾ ਕਿਉਂਕਿ ਬਹੁਤ ਤੇਜ਼ ਤੂਫਾਨ ਆਉਂਦਾ ਪਿਆ ਇਸ ਲਈ ਮੈਂ ਥੱਲੇ ਗਿਆ ਸੀ ਅੱਬੂ ਜੀ ਆ ਅੱਬੂ ਜੀ ਨੇੜ ਦੇ ਵਿੱਚ ਮੈਂ ਕਿਹਾ ਨੇੜ ਦੇ ਵਿੱਚ ਹੀ ਤੁਸੀਂ ਪੇੜੇ ਜੇ ਮੰਜੀਆਂ ਉੱਡ ਉੱਡ ਗਈਆਂ ਹੈ ਸਿੱਧੀਆਂ ਤੁਹਾਡੇ ਵੀ ਆ ਇੱਕ ਮੰਜੀ ਹਿਲਦੀ ਪਈ ਹੈ ਆ ਦੇਖੋ ਚੈੱਕ ਕਰੋ ਮੰਜੀਆਂ ਬੜੀ ਹੈ ਬਹੁਤ ਤੇਜ਼ ਤੂਫਾਨ ਆਇਆ ਨੁਕਸਾਨ ਨਹੀਂ ਹੋਇਆ ਇੰਨਾ ਅਤੇ ਆਪਣੇ ਸਾਡੇ ਤਿੱਕਰ ਤਾਂ ਬੱਚੀਆਂ ਨੇ ਲੀਡ ਲੈ ਕੇ ਆਇਆ ਤਾਂ ਛੱਤ ਉੱਤੇ ਅਤੇ ਲੀਡ ਵੀ ਛੱਡ ਕੇ ਨੱਤ ਗਏ ਤਾਂ ਹੁਣ ਲਾਉਣ ਆਇਆ ਥੋੜ੍ਹੀ ਜਿਹੀ ਘੱਟ ਹੋਈ ਹੈ ਹਨੇਰੀ ਅਤੇ ਹੁਣ ਥੱਲੇ ਲਾਉਂਦੇ ਘੱਟੇ ਦੇ ਵਿੱਚ ਕੁਛ ਨਜ਼ਰ ਨਹੀਂ ਆਉਂਦਾ ਬਹੁਤ ਥੱਲੇ ਚੱਲੀ ਗਏ ਸ਼ੁਕਰ ਹੈ ਅੱਲਾ ਦਾ ਆਪਣੀ ਰਹਿਮਤ ਦੇ ਨਾਲ ਲੈ ਗਿਆ ਤੂਫਾਨ ਬਹੁਤ ਤੇਜ਼ ਆਇਆ ਸੀ ਬੜੀ ਨੁਕਸਾਨ ਕੋਈ ਨਹੀਂ ਹੋਇਆ ਉਹ ਤਾਂ ਸੁਬਹ ਹੀ ਪਤਾ ਲੱਗੇਗਾ ਕਿੰਨਾ ਕਿੰਨਾ ਹੋਇਆ ਕਿੰਨਾ ਕਿੰਨਾ ਨਹੀਂ ਬਾਕੀ ਤਾਂ ਹੋ ਗਿਆ ਜੀ ਬਾਕੀ ਖਾਈ ਨਹੀਂ ਹੋਇਆ ਜੀ ਕਿਉਂਕਿ ਮਿੱਟੀ ਬੜੀ ਆਉਂਦੀ ਸੀ ਅੱਲਾ ਦਾ ਜਾਂ ਆਪਣੀ ਰਹਿਮਤ ਨਾਲ ਲੈ ਗਿਆ ਜਿਹਦੇ ਬਹੁਤ ਤੇਜ਼ ਤੂਫਾਨ ਆਇਆ ਸੀ ਖੁਸ਼ ਹੋਗੇ ਆਬਾਦ ਹੋਗੇ ਔਰ ਹੱਸੇ ਔਰ ਮੁਸਕਰਾਤੇ ਹੋਗੇ ਜਿਹਨਾਂ ਨੇ ਮੇਰੇ ਚੈਨਲ ਅਦੀਲ ਵਿਲੇਜ ਬਲੌਗ ਕੋ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਜੀਏਗਾ ਚਲੋ ਅੱਜ ਕਾ ਬਲੌਗ ਕਰਤੇ ਸ਼ੁਰੂ ਅੱਜ ਦਾ ਬਲੌਗ ਕੀ ਹੈ ਭਲਾ ਰਾਤੀ ਨੇੜੀ ਆਈ ਬੜੀ ਤੇਜ਼ ਅਤੇ ਜਿਹਦੇ ਨਾਲ ਬੱਤੀ ਗਈ ਚਲੀ ਰਾਤ ਦੀ ਲਾਈਟ ਹੀ ਨਹੀਂ ਆਉਂਦੀ ਬਈ ਆ ਚਾਰਜਰ ਬੜੀ ਮੁਸ਼ਕਲ ਕੀਤਾ ਜੀ ਸੋਲਰ 'ਤੇ ਸੁਬਹਾ ਤਾਂ ਲਾਇਆ ਜੇ ਹੁਣ ਹੋਇਆ ਅੱਜ ਬੈਟਰੀ ਬੜੀ ਖਤਮ ਸੀ ਮੈਂ ਕਿਹਾ ਹੁਣ ਸ਼ੁਰੂ ਬਲਾਕ ਕਾਰ ਹੀ ਲਈਏ ਅਤੇ ਬਾਕੀ ਰਹੀ ਗੱਲ ਨੁਕਸਾਨ ਦੀ ਨੁਕਸਾਨ ਤਾਂ ਇੰਨਾ ਕੋਈ ਨਹੀਂ ਹੋਇਆ ਬਚ ਬਚਾਈ ਹੋ ਗਿਆ ਜੀ ਵੇਖਿਆ ਬਾਹਰ ਆਉਣ ਕੇ ਕੋਈ ਨਹੀਂ ਇੰਨਾ ਨੁਕਸਾਨ ਹੋਇਆ ਪਰ ਬਿਜਲੀ ਨਾਲ ਕੰਮ ਖਰਾਬ ਕਰ ਦਿੱਤਾ ਬੱਤੀ ਨੇ ਆ ਹੀ ਨਹੀਂ ਰਹੀ ਕੱਲ੍ਹ ਦੀ ਗਈ ਜੇ ਰਾਤ ਦੀ ਅਤੇ ਆ ਹੀ ਨਹੀਂ ਰਹੀ ਪਤਾ ਨਹੀਂ ਕੀ ਇਹਨੂੰ ਹੋ ਗਿਆ ਚਲੋ ਮੋਬਾਈਲ ਚਾਰਜਰ ਹੋ ਗਿਆ ਥੋੜ੍ਹਾ ਬਹੁਤਾ ਅਤੇ ਹੁਣ ਬਣਾਉਂਦੇ ਹਾਂ ਵਲੋਗ ਮੈਂ ਆਇਆ ਸਾ ਡੇਰੇ 'ਤੇ ਡੇਰੇ ਤੋਂ ਉੱਠ ਕੇ ਜਾ ਰਿਹਾ ਜਿੱਥੇ ਪੱਠੇ ਕੱਢੇ ਨੇ ਉੱਥੇ ਜਾ ਕੇ ਵੇਖਦੇ ਹਾਂ ਫਸਲ ਨੂੰ ਪਾਣੀ ਦੇਣ ਵਾਲਾ ਹੋਇਆ ਕਿ ਨਹੀਂ ਅੱਬੂ ਜੀ ਉੱਥੇ ਨੇ ਹਿਸਾਬ ਲਾਉਂਦੇ ਪਏ ਨੇ ਅੱਗੋਂ ਦੇਖੋ ਚਲੋ ਚੱਲਦੇ ਹਾਂ ਉੱਥੇ ਮੈਂ ਪਹੁੰਚ ਆਇਆ ਜੀ ਪੁੱਛਦੇ ਹਾਂ ਅਤੇ ਹੁਣ ਪੁੱਛਣਾ ਅੱਬੂ ਜੀ ਕਿੱਦਣ ਪਿਆ ਨਹੀਂ ਜਦੋਂ ਚੰਗੀ ਤਰ੍ਹਾਂ ਸੋਕਾ ਮਨ ਨਾ ਇਹ ਨਾ ਸੁੱਕਦੀ ਪਈ ਚੰਗੀ ਤਰ੍ਹਾਂ ਉਦੋਂ ਪਿਆ ਨਹੀਂ ਠੀਕ ਹੋ ਗਿਆ ਇਹ ਛੇਤੀ ਨਹੀਂ ਪਿਆ ਜੀ ਇਹ ਉੱਡੀ ਨਹੀਂ ਕਾਫ਼ੀ ਜਲਦੀ ਪਿਆ ਅੜੇ ਧੋ ਹੀ ਪਈ ਹੈ ਵਾਹਵਾ ਹੁਣ ਜਾ ਰਹੇ ਹਾਂ ਘਰ ਵਾਪਸ ਅਤੇ ਤੁਹਾਨੂੰ ਘਰ ਜਾ ਕੇ ਮਿਲਾਂਗੇ ਕਿਉਂਕਿ ਡੇਰੇ 'ਤੇ ਕੋਈ ਸ਼ੈ ਨਹੀਂ ਅੱਜ ਤਾਂ ਕੰਮ ਘਰ ਵੀ ਨਹੀਂ ਹੈ ਚਲੋ ਚਾਹੁੰਦੇ ਹਾਂ ਘਰ ਅਤੇ ਘਰ ਜਾ ਕੇ ਤੁਹਾਨੂੰ ਮਿਲਦੇ ਹਾਂ ਫਿਰ ਆ ਗਿਆ ਸਾ ਘਰ ਵਾਪਸ ਅਤੇ ਨਹਿਰ ਦੇ ਨਾਲ ਹੀ ਨਾ ਕ੍ਰਿਕਟ ਖੇਡਦੇ ਪਏ ਮੈਂ ਚਲੋ ਉੱਥੋਂ ਹੀ ਹੋਈ ਹੈ ਚਾਰਜ ਉੱਥੋਂ ਵੇਵੂ ਕੇ ਆਈਏ ਕ੍ਰਿਕਟ ਹੁਣ ਜਾ ਰਹੇ ਹਾਂ ਅਤੇ ਉੱਥੇ ਜਾ ਕੇ ਤੁਹਾਨੂੰ ਖਾਂਦੇ ਹਾਂ ਦੇ ਵਿੱਚ ਪਹੁੰਚ ਗਿਆ ਅਹਿਮਦ ਆ ਗਿਆ ਜੀ ਇਹਦਾ ਵੀਡੀਓ ਬਣਾ ਅਤੇ ਬਾਕੀ ਹੁਣ ਵੇਹਨੇ ਪਏ ਕਿੰਨਾ ਸਕੋਰ ਹੋਇਆ ਉਹਦਾ ਬੇਟਾ ਜੀ ਮੈਨੂੰ ਲੱਗਦਾ ਪਤਾ ਇਹਨੂੰ ਵੀ ਕੋਈ ਨਹੀਂ ਆਇਆ ਜੀ ਉਹ ਗਾਮਾ ਆਇਆ ਵੇ ਗਾਮਿਆ ਕਿੰਨਾ ਸਕੋਰ ਹੋਇਆ ਜੀ 50 ਹੋ ਗਿਆ 4 ਓਵਰਾਂ 'ਚ 35
ਪਲੇਟਾਂ ਨੂੰ ਬਾਹਰ ਲਾਇਆ ਦੋਵਾਂ ਨੇ ਵੱਡੇ ਪਲੇਟ ਨੇ ਲਾਇਆ ਲਾਇਆ ਬਾਹਰ ਬਾਹਰ ਬਾਕੀ ਹੁਣ ਮੈਚ ਵੇਖ ਲਿਆ ਪੰਜ ਕੁ ਮਿੰਟ ਵੇਖਿਆ ਬਸ ਪੰਜ ਛੇ ਮਿੰਟ ਬੈਠ ਅਤੇ ਆ ਗਏ ਵਾਪਸ ਚੱਲਦੇ ਹਾਂ ਘਰ ਹੁਣ ਗੌਰ ਕੀਤੀ ਜੇ ਆਹ ਮਕਈ ਨਾ ਉਹ ਜਿਹੜਾ ਤੁਹਾਨੂੰ ਹੈ ਸੀ ਨਾ ਮਸ਼ੀਨ ਟਰੈਕਟਰ ਦੇ ਪਿੱਛੇ ਲੱਗੀ ਉਹਦੇ ਨਾਲ ਲਾਈ ਜੇ ਨਾ ਮਸ਼ੀਨ ਦੇ ਨਾਲ ਤੁਹਾਨੂੰ ਹੁਣ ਮਹਾਨਾ ਸਹੀ ਤਰੀਕੇ ਨਾਲ ਹਨ ਅੱਗੇ ਤਾਂ ਮੈਂ ਚਲੋ ਵਿਊ ਹਿਊ ਆ ਦਈਏ ਕਿਹੋ ਜਿਹਾ ਵੇਖੋ ਕਿੰਝ ਤਰਤੀਬ ਨਾਲ ਉਹਨਾਂ ਲਾਈ ਜੇ ਚੈੱਕ ਕਰੋ ਘਰ ਵਾਪਸ ਬਾਂਧ ਖੇਡਣ ਲੱਗਾ ਜੀ ਕਿਆ ਕਰਦੇ ਹੈਂ ਹਾਏ ਕਰੋ ਹਾਏ ਲੋਕ ਉਮੀਦ ਕਰਨਾ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਜੀਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਿਲਾਂਗੇ ਅਗਲੇ ਬਲੌਗ 'ਚ ਨੈਕਸਟ ਬਲੌਗ 'ਚ ਤਦ ਤੱਕ ਲਈ ਅੱਲਾ ਹਾਫਿਜ਼।